ਅੱਜ ਬਣਾਉਣ ਲੱਗਾ ਜੀ ਆੜੂਆਂ ਦਾ ਜੂਸ। ਥੋੜਾ ਯਾਦ ਰੱਖੇ ਠੀਕ ਹੈ। ਦੇਖੋ ਜੀ ਫਾਤਮਾ ਕੈਸਾ ਸਾਇਕਾ ਮੈਂ ਮੰਮਾ ਦਾ ਮੇਨ ਜਿਸ ਤਰ੍ਹਾਂ ਕੈਸਾ 2-3 ਸਾਲ ਤੋਂ ਹੋਸਪਿਟਲ ਦਾ ਲੰਗਰ ਜਾਂਦਾ ਹੈ ਹਫ਼ਤਾ ਤਵਾਰ ਪੀਰ 3 ਦਿਨ 2500 ਬੰਦੇ ਦਾ ਲੰਗਰ ਪੱਕਦਾ। ਚੰਦ ਦੋਸਤ ਮੇਰੇ ਭੈਣ ਭਰਾ ਨਾਲ ਨੇ ਜਿਨ੍ਹਾਂ ਦੀ ਬਦੌਲਤ ਇਹ ਲੰਗਰ ਪੱਕਦਾ। ਅਗਰ ਇਸ ਲੰਗਰ 'ਚ ਸ਼ਾਮਿਲ ਹੋਣਾ ਚਾਹੁੰਦੇ ਹੋ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰਕੇ ਕਮੈਂਟ ਕਰਕੇ ਇਸ ਲੰਗਰ 'ਚ ਸ਼ਾਮਿਲ ਹੋ ਸਕਦੇ ਹੋ। ਜਿਸ ਤਰ੍ਹਾਂ ਗਰਮੀਆਂ ਨੇ ਗਰਮੀਆਂ 'ਚ ਮੈਂ ਫੁੱਲ ਗਰਮੀਆਂ ਦੀਆਂ ਰੈਸਪੀਆਂ ਦੇ ਰਿਹਾ ਠੰਡੀਆਂ ਅਤੇ ਬੱਚੇ ਸਕੂਲ ਜਾਂਦੇ ਨੇ ਗਰਮੀ ਦਾ ਮੌਸਮ ਹੈ ਮੇਰੇ ਭੈਣ ਭਰਾ ਗਰਮੀ ਤੋਂ ਬਚਣ। ਅੱਜ ਬਣਾਉਣ ਲੱਗਾ ਜੀ ਆੜੂਆਂ ਦਾ ਜੂਸ। ਆੜੂਆਂ ਦੇ ਜੂਸ 'ਚ ਤੁਸੀਂ ਬੋਤਲ ਸਪਰਾਈਟ ਵੀ ਪਾ ਸਕਦੇ ਹੋ ਸੈਵਨਅਪ ਵੀ ਪਾ ਸਕਦੇ ਹੋ ਨਿੰਬੂ ਵੀ ਪਾ ਸਕਦੇ ਹੋ ਪੁਦੀਨੇ ਦਾ ਵੀ ਜ਼ਾਇਕਾ ਦੇ ਸਕਦੇ ਹੋ ਅਤੇ ਮਰਿੰਡਾ ਵੀ ਪਾ ਸਕਦੇ। ਲਿਆਦਾ ਮੈਂ ਮਰਿੰਡੇ ਦੇ ਨਾਲ ਬਣਾਉਣ ਲੱਗਾ। ਸਾਡੇ ਕੋਲ ਜੀ ਚੀਨੀ ਹੈ ਅਤੇ ਆੜੂ ਨੇ ਅਤੇ ਮਰਿੰਡਾ ਬੋਤਲ ਹੈ। ਚੰਦ ਪੱਤੇ ਅਸੀਂ ਪੁਦੀਨੇ ਦੇ ਲਵਾਂਗੇ ਅਤੇ ਕਾਲਾ ਨਿੰਮਕ ਲਵਾਂਗੇ। ਇਹਦਾ ਤਰੀਕਾ ਕਰ ਕੀ ਹੈ? ਸਭ ਤੋਂ ਪਹਿਲੇ ਆੜੂ ਧੋਵਾਂਗੇ, ਉਹਦੀ ਕਟਾਈ ਕਰਨੀ ਜੀ ਅਲੱਗ ਹੈ। ਥੋੜ੍ਹਾ ਯਾਦ ਰੱਖੇ ਤੇ ਮਾਸ਼ਾਅੱਲਾ ਅੱਲਾਹ ਤਾਲਾ ਖੈਰ ਕਰੇ। ਹਾਂ ਜੀ ਠੀਕ ਹੈ। ਦੇਖੋ ਜੀ ਫਾਤਮਾ ਕੈਸਾ ਸਾਇਕਾ ਚੈਨਲ ਨੂੰ ਮਾਸ਼ਾਅੱਲਾ ਜੀ ਬੱਚਿਆਂ ਨੂੰ ਦਰਖਾਸਤ ਹੈ ਕਿ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰੋ, ਇਸ ਲੰਗਰ 'ਚ ਸ਼ਾਮਿਲ ਹੋ ਜਾਓ। ਜਿਹਦੇ ਵਾਸਤੇ ਰਹੇ ਖੁਸ਼ ਰਹੇ ਜੀ। ਅੱਜ ਜੁਮੇ ਦਾ ਦਿਨ ਹੈ ਮਾਸ਼ਾਅੱਲਾ, ਕੱਲ੍ਹ ਹਫ਼ਤੇ ਦਾ ਦਿਨ ਹੈ, ਕੱਲ੍ਹ ਲੰਗਰ ਪੱਕੇਗਾ, ਪਰਸੋਂ ਲੰਗਰ ਪੱਕੇਗਾ, ਚੌਥ ਲੰਗਰ ਪੱਕੇਗਾ। ਅੱਲਾਹ ਖੈਰ ਕਰੇ ਜੀ। ਆਮੀਨ।